ਸ਼ਾਮ ਦੀਆਂ ਲਾਲੀ ਸਾਗੂ ਪੱਥਰ ਮਰੇ ਦੀਆਂ ਨਾਨਾ ਸਾਗੂ ਪੱਥਰ ਮਰੇ ਦਾਰਾ ਅਸਾਂ ਦੁਆਵਾਂ ਮੰਗਦੇ ਜ਼ਕਰ ਅਲੇ ਬੈਦ ਸੈਯਦ ਸਮਰ ਅੱਬਾਸ ਸ਼ਮਸੀ ਔਰ ਇਹਨਾਂ ਦੇ ਫੌਰਨ ਬਾਅਦ ਜ਼ਕਰ ਅਲੇ ਬੈਦ ਜਨਾਬ ਸੱਜਾਦ ਹੁਸੈਨ ਛੀਨਾ ਸਾਹਿਬ ਤੈਰ ਬਾਸ ਜਾਫਰੀ ਸਾਹਿਬ ਠੀਕ 11 ਵਜੇ ਬਹਿਰੁਲ ਮਸਾਹਿਬ ਜਨਾਬ ਸਰਦਾਰ ਵਸੀਮ ਅੱਬਾਸ ਬਲੋਚ ਸਾਹਿਬ ਮਜਲਸੇ ਅਜ਼ਾਨੋਂ ਖਿਤਾਬ ਫਰਮਾਨਗੇ। আলহামদুলিল্লাহ রাব্বিল আলামিন রহমানির রহিম মালিক ইয়াউমিদ্দিন ইয়াকা নাবুদু ওয়া ইয়াকা নাস্তাইন ইহদিনাস সিরাতাল মুস্তাকিম সিরাতাল লাযীনা আনআমতা আলাইহিম গায়রুল মাগযুবি আলাইহিম ওয়ালাদ-দাল্লিন আয়শাহে মামা আবরে করম তাকু বিনতে আলী দে গম দি কসম আয়শাহে মামা আবরে করম তাকু বিনতে আলী দে গম দি কসম ਕਾਸਮ ਦਿਆਂ ਕੱਪਿਆਂ ਸਿਹਰਿਆਂ ਦੀ ਅਤੇ ਅੱਬਾਸ ਦੇ ਮਸ਼ਕੋ ਅਲਮ ਦੀ ਕਸਮ ਅਕਬਰ ਦਿਲਬਰ ਦੀਆਂ ਜ਼ੁਲਫਾਂ ਦੀ ਹਰ ਖਮ ਦਰ ਖਮ 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 ਦੀ ਕਸਮ ਕਰ ਮਾਫ ਖਤਾ ਸਾਡੀ ਯਕਦਮ ਅਤੇ ਕੁਹਰ ਦੇ ਖਾਸ ਜੁਰਮ ਦੀ ਕਸਮ ਰਬੇ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ ਸਲਵਾਤ ਬਾਬਾ ਜ਼ਬਲੰਦ ਇਹ ਮਜਲਿਸ ਸ਼ਬੀਰ ਮੇਂ ਗਿਰਤੇ ਹੋਏ ਆਂਸੂ ਮੌਕੇ ਦੀ ਮੁਨਾਸਬਤ ਨਾਲ ਕਿਉਂਕਿ ਟਾਈਮ ਬਹੁਤ ਮੁਖਤਸਰ ਔਰ ਬੜੇ ਬੜੇ ਮੁਲਕ ਦੇ ਨਾਮਵਰ ਜ਼ਾਕਿਰ ਤਸ਼ਰੀਫ ਫਰਮਾਏ ਅਤੇ ਮੈਂ ਐਸਾ ਜ਼ਾਕਿਰ ਹੀ ਨਹੀਂ ਜੋ ਕਿਸੇ ਦਾ ਹੱਕ ਖਾਵਾਂ ਜਿਤਨਾ ਮੇਰੇ ਮੁਹਤਰਮ ਮੈਂ ਕੋਈ ਟਾਈਮ ਦਿੱਤਾ ਮੈਂ ਕੋਸ਼ਿਸ਼ ਕਰਨੀ ਇੱਕ ਮਿੰਟ ਮੈਂ ਘੱਟ ਪੜਨਾ ਕਿਉਂਕਿ ਮੇਰਾ ਘਰ ਹੈ ਔਰ ਜ਼ਿਕਰ ਸਾਡੇ ਘਰ ਦਾ ਹੈ ਤੁਹਾਡੀ ਮਿਹਰਬਾਨੀ ਪਰਚਾਵਣ ਸ਼ਹੀਦਾਂ ਨੂੰ ਆਏ ਬੈਠੇ ਹੋ ਭਾਈ ਮੁਖਤਾਰ ਹੈ ਜਿਹੜਾ ਮੋਮਿਨ ਰੋਂਦੇ ਨੇ ਨਾ ਆਂਸੂਆਂ ਦੀ ਕਦਰੋ ਕੀਮਤ ਦੱਸਣਾ ਚਾਹੁੰਦਾ ਇਹ ਮਜਲਿਸ ਸ਼ਬੀਰ ਮੇਂ ਗਿਰਤੇ ਹੋਏ ਆਂਸੂ ਫਿਰਦੌਸ ਕੇ ਬਾਗੋਂ ਮੇਂ ਸਜਾ ਦੇਤੀ ਹੈ ਜ਼ਹਰਾ ਇਸ ਵੇਲਾ ਹਿਜ਼ਾਇਆ ਨਹੀਂ ਵਹਿੰਦੇ ਇਹ ਮਜਲਿਸ ਸ਼ਬੀਰ ਮੇਂ ਗਿਰਤੇ ਹੋਏ ਆਂਸੂ ਫਿਰਦੌਸ ਕੇ ਬਾਗੋਂ ਮੇਂ ਸਜਾ ਦੇਤੀ ਹੈ ਜ਼ਹਰਾ ਔਰ ਸ਼ਹਿਜ਼ਾਦੀ ਜ਼ਮੀਨ ਪਰ ਇਹਨੇ ਗਿਰਨੇ ਨਹੀਂ ਦੇਤੀ ਬਚ ਜਾਏ ਤੋ ਕੌਸਰ ਮੇਂ ਮਿਲਾ ਦੇਤੀ ਹੈ ਜ਼ਹਰਾ ਸ਼ਾਮ ਦੇ ਅਮਨ ਨਿਭਾ ਕੇ ਬਿਸਮਿਲਾ ਮਲਤੜੀਆਂ ਧੀਆਂ ਦੇ ਪਰਦੇ ਸਲਾਮਤ ਰੱਖੇ ਕੁਝ ਔਖਾ ਦੇਰ ਲੱਗਦਾ ਹੈ ਮਜ਼ਲੂਮਾਂ ਨੂੰ ਰੋਵਣ ਵਾਸਤੇ ਮੈਂ ਅਮਨ ਆਖ ਛੋੜਿਆ ਕਿਉਂਕਿ ਮੇਰੇ ਤੋਂ ਪਹਿਲੇ ਦੋ ਮਿਹਰਬਾਨ ਜਿਹੜੇ ਪੜੇ ਨੇ ਉਹਨਾਂ ਸ਼ਹੀਦਾਂ ਦੀ ਰਿਹਾਈ ਪੜੀ ਮੇਰਾ ਵੀ ਦਿਲ ਇਹ ਵੱਧ ਤੋਂ ਬੰਦ ਪੜਦੇ ਮਨ ਲੇਕਿਨ ਤਾਰੀਖਾਂ 'ਚ ਮਿਲਦਾ ਜਿਹੜਾ ਸ਼ਾਮ 'ਚ ਕੈਦਖਾਨਾ ਮਿਲਾ ਹੈ ਉਹਦੀ ਛੱਤ ਕਾਈ ਨਹੀਂ ਏਡੇ ਅਮਨ ਹਨ ਅਲੀ ਦੀਆਂ ਧੀਆਂ ਕੋ ਬਸ ਮੁਕਾਵਾਂ ਕਰੀ ਬਾ ਕੇ ਵਹਿਣ ਕਰਾਂ ਉੱਥੋਂ ਵੱਲ ਆਈ ਜਿੱਥਣ ਡਾਡੀ ਭੀੜ ਆਈ ਸਾਰੀ ਤਮਹੀਜ਼ ਛੋੜ ਦਿੱਤੀ ਇਸ ਤੋਂ ਜਲਦੀ ਕਰ ਹੀ ਨਹੀਂ ਸਕਦਾ ਉੱਥੋਂ ਵੱਲ ਆਈ ਜਿੱਥਣ ਡਾਡੀ ਭੀੜ ਆਈ ਸ਼ਾਮ 'ਚ ਇੱਕ ਬਾਜ਼ਾਰ ਹੈ ਜਿਹਦਾ ਨਾਮ ਹੈ ਸੂਕੁਲ ਹਮੀਦੀਆ ਇਹਦਾ ਪਹਿਲਾ ਨਾਮ ਹਾ ਬਾਜ਼ਾਰ ਏ ਉਮਈਆ ਇਹ ਉਹ ਬਾਜ਼ਾਰ ਏ ਥਲੀ ਦੀ ਥੀ 15 ਅਜ਼ਾਨਾਂ ਸੁਣੀਆਂ ਨੇ ਖੜ ਕੇ ਬਿਸਮਿਲਾ ਵਾਲਾ ਤੁੜੀਆਂ ਧੀਆਂ ਦੇ ਪਰਦੇ ਸਲਾਮਤ ਰੱਖੇ ਬਹਿ ਕੇ ਨਹੀਂ ਖੜ ਕੇ ਸੁਣੀਆਂ ਬਸ ਕਰੀ ਬਾਵਾ ਉੱਥੋਂ ਵੱਲ ਲਈ ਜਿੱਥੇ ਡਾਡੀ ਭੀੜ ਆਈ ਮਕਸਦ ਪੂਰਾ ਹੋ ਗਿਆ ਅਤੇ ਉੱਥ ਆ ਰੁਕੀਏ ਜਿੱਥਾਂ ਫਿਰਾ ਮਰਾ ਕੇ ਟੁਰ ਗਈ ਹੁਣੇ ਹੁਣੇ ਮੇਰੇ ਫਿਰਾ ਪੇ ਪੜਦੇ ਹਨ ਬਿਸਮਿਲਾ ਮੌਲਾ ਤੁਹਾਡੀਆਂ ਪੈਣੀ ਦੇ ਪਰਦੇ ਸਨ ਉੱਥਾ ਰੁਕੀ ਜਿੱਥਾਂ ਫਿਰਾ ਮਰਾ ਕੇ ਟੁਰ ਗਈ ਆਪਣੀ ਮਰਜ਼ੀ ਨਾਲ ਨਹੀਂ ਰੁਕੀ ਜਾਬੇ ਰਾਇ ਮਹਾਰੀ ਪਰਦੇਸੀ ਅਲਰਾਸੀ ਜਾਂ ਵਾਗ ਵਾਲਾ ਜਾਂ ਪੂਰ ਲਾਹਾ ਜਾਬਰ ਦੀ ਗੱਲ ਸੁਣੀ ਇਮਾਮ ਦੀ ਅੱਖੀ ਦੀ ਰੱਤ ਵਧੀ ਅਤੇ ਜਾਬਰ ਦੇ ਪਾਸੇ ਡੇਗ ਕੇ ਸੈਯਦ ਇੱਕ ਗੱਲ ਕੀਤੀ ਸੈਯਦ ਦਾ ਤੜੀ ਮਿੰਨਤ ਕਰੇ ਜਾਬਰ ਤੇ ਮੈਡੇ ਡੁੱਖੇ ਹੋਏ ਜ਼ਖਾਮ ਡੁੱਖਾ ਨਹੀਂ ਤੇ ਵਾਂਝੇ ਆਖ ਤੋਂ ਫਜ਼ਾਲ ਦੇ ਬਾਬੇ ਕੋ ਹੋ ਮੈਡੇ ਪਰਦਾਦਾਰ ਲਹਾ ਨਹੀਂ ਸੈਯਦ ਦਾ ਅੱਬਾਸ ਦੀ ਸ਼ਾਨ ਚ ਫਰਕ ਨਾ ਆਇਆ ਸੀ ਤੇ ਮੈਡੀ ਟੁਰਨ ਦੇ ਕਾਬਿਲ ਮਾਂ ਨਹੀਂ ਸੈਯਦ ਦਾ ਮੈਂ ਉਹ ਬਾਜ਼ਾਰ ਅਬੂਰ ਕੀਤੇ ਉਹ ਜਿੱਥੋਂ ਲੱਭਦੀ ਟੁਰਾਨ
دی راہ نہیں شریف پھراواں بزرگاں سارا مضمون پیا چھڑیں دا پھراواں دی جاگیر تو ودا کر کے آ کھڑی نانے دے شہر چ جنت البقی ماں دی قبر تے آ کے آ دی اما تو دو گھنٹے کھڑی آویں میں 72 گھنٹے کھڑی رہیاں اما جڑے دربار چ تو گئی ہاں میں اتھاں شرابی کوئی نن جڑے دربار چ میں گئی ہاں 9 لاکھ بدماش نالے شراباں پیندے آئن نالے ایک بیدو اشارہ کر کے آدھن جڑی نہیں ٹر سکدی اے باغی دی بھیڑے بسم اللہ بسم اللہ مولا تڑیاں دھیاں دے پردے سلامت رکھے جڑی نہیں ٹر سکدی اے باغی دی بھیڑے ماں دا قبر چو آواز آئے مڑی دی کئی شام دے حال سنا بی بی آدی اماں جے شام دے حال پوچھ دیے ذرا قبر چو باہرا ماں تے دھی گل لگ کے گل کیڑی کیتی جڈاں اجڑ کے وطن تے تے گل لگی ای زینب ماں دے بی بی آدی میں عرب دے کول بازار ڈٹھے او تڑے پتر عباس دے بادے بی بی رو رو کے پیا دی سال برا ابروال مڈے تیرے ہن محتاج ردا دے بی بی ماں دوڑے کیا دی اماں روئیں دی یا گل رہیاں بول دی نا حال شرابی دے تاں خون رو